ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਰੂਪਨਗਰ 'ਚ ਵਾਤਾਵਰਨ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਮੇਲਾ ਲਗਾਇਆ ਗਿਆ। ਮੇਲੇ 'ਚ ਪਹੁੰਚੇ ਮਾਹਰਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਕਣਕ ਝੋਨਾ ਦੀ ਫਸਲ ਚੱਕਰ ਛੱਡ ਸਬਜ਼ੀਆਂ ਉਗਾਉਣ ਦੀ ਸਲਾਹ ਦਿੱਤੀ। ਮਾਹਰਾਂ ਨੇ ਬੜੇ ਹੀ ਗੰਭੀਰ ਤੇ ਚਿੰਤਾਜਨਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦਾ ਪਾਣੀ ਲਗਾਤਾਰ ਹਰ ਸਾਲ ਅੱਧਾ ਫੁੱਟ ਹੇਠਾਂ ਜਾ ਰਿਹਾ ਹੈ। ਅਗਰ ਇਹੀ ਹਾਲਾਤ ਰਿਹਾ ਤਾਂ ਸਾਲ 2030 ਤੱਕ ਪੰਜਾਬ ਰੇਗਿਸਤਾਨ ਬਣ ਜਾਵੇਗਾ। पर दूजे पासे मेले च पहुंचे किसान बोले कि सरकार बस अजिहे मेले ही करवाउंदी रहिंदी है पर किसानां दी मदद नहीं करदी। ਝੋਨਾ ਛੱਡ ਕੇ ਪਾਣੀ ਖਤਮ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਤੁਸੀਂ ਇਹਨਾਂ ਦੀ ਅਪੀਲ ਨੂੰ? ਨਹੀਂ ਇਹ ਹੋਣਾ ਚਾਹੀਦਾ, ਪਰ ਇਹ ਸਰਕਾਰ ਜੇ ਸਾਥ ਦੇਊਗੀ ਤਾਂ ਹੋਊਗਾ, ਇਕੱਲਾ ਜ਼ਿਮੀਦਾਰ ਇਹਨੂੰ ਬਦਲਵੀਂ ਖੇਤੀ ਨਹੀਂ ਕਰਦਾ। ਸਰਕਾਰ ਦਾ ਸਾਥ ਚਾਹੀਦਾ ਨਾਲ, ਇੱਕ ਕਰਕੇ ਜਦੋਂ ਬਦਲਵੀਂ ਖੇਤੀ ਹੋਣੀ ਹੈ ਇੱਕ ਵਾਰ ਕਿਸਾਨ ਨੇ ਬਿਲਕੁਲ ਜ਼ੀਰੋ ਹੋਣਾ, ਜਿਵੇਂ ਹੁਣ ਤਾਂ ਜ਼ੀਰੋ ਹੋਇਆ, ਹੁਣ ਤਾਂ ਚਲੋ ਮਾੜਾ ਮੋਟਾ ਵੀ ਰੋਟੀ ਕਮਾ ਕੇ ਖਾ ਲੈਂਦਾ, ਫਿਰ ਕਮਾਉਣ 'ਤੇ ਵੀ ਰਹਿ ਜਾਣਾ, ਥੱਲੇ ਹੋਊਗਾ ਤਾਂ ਸਰਕਾਰ ਸਾਂਭੇ ਅਤੇ ਫਿਰ ਔਰਗਾਨ ਖੇਤੀ ਕਾਮਯਾਬ। ਅਤੇ ਬਦਲਵੀਂ ਖੇਤੀ ਦੇ ਜਿਹੜੇ ਨੁਕਸਾਨ ਕਿੱਦਾਂ ਦੇ ਆ, ਕਿਸਾਨ ਨੂੰ ਕੀ ਨੁਕਸਾਨ ਹੋ ਰਿਹਾ? ਨਹੀਂ ਨੁਕਸਾਨ ਤਾਂ ਇਹ ਵੀ ਜਿਹੜੀ ਅਸੀਂ ਹੁਣ ਫਸਲ ਰੇਹੂ ਪਾਲ ਕੇ ਰੇਹੂ ਪਾ ਕੇ ਦਵਾਈਆਂ ਪਾ ਕੇ ਕੱਢਦੇ ਹਾਂ, ਫਿਰ ਇਹ ਨਿਕਲਣੀ ਨਹੀਂ, ਬਿਲਕੁਲ ਵੀ ਨਹੀਂ ਹੈਗੀ। ਗੁੱਲੀ ਡੰਡੇ ਨੇ ਦੱਬ ਲੈਣੀ ਅਤੇ ਰੇਹਾਂ ਆਪਣੇ ਧੇਲੇ ਨੇ ਖਾ ਜਾਣੀ। ਉਹੀ ਤਾਂ ਗੱਲ ਕਰਦੇ, ਸਰਕਾਰ ਨੂੰ ਸਾਥ ਦੇਣਾ ਚਾਹੀਦਾ, ਕੋਈ ਮੁੱਲ ਪੱਕਾ ਬੰਨਣਾ ਚਾਹੀਦਾ ਵੀ ਇੰਨੇ ਹੀ ਕਰੋ, ਇੱਦਾਂ ਕਰੋ ਜਾਂ ਏਰੀਏ ਵੰਡ ਦੇਵੇ, ਜਿੱਦਣ ਏਰੀਏ ਵਾਂ ਆਪਣੇ ਵਾਂ ਵੀ ਘੱਟ ਪਾਣੀ ਆ ਉੱਥੇ ਹੋਰ ਬਦਲ, ਜਿਹੜੇ ਵੱਧ ਪਾਣੀ ਉੱਧਰ ਹੋ, ਇੱਦਾਂ ਏਰੀਏ ਵੰਡ ਕੇ ਇਹਨਾਂ ਨੂੰ ਨਾਲ ਡਿਵਾਈਡ ਕਰਕੇ ਖੇਤੀਬਾੜੀ ਅਫਸਰ ਸਾਰੇ ਕੋਲ ਪਤਾ ਵੀ ਕਿੱਥੇ ਕਿਆ ਹੋ ਸਕਦਾ ਕਿੱਥੇ ਨਹੀਂ ਕਿਆ ਹੋ ਸਕਦਾ। ਮਤਲਬ ਕਿਸਾਨਾਂ ਨੂੰ ਫਸਲਾਂ ਵੰਡ ਦੇਣੀ ਚਾਹੀਦੀ ਵੀ ਆਹ ਫਸਲ ਕਿਸਾਨ ਆਹ ਲਾਊਗਾ ਆਹ ਲਾਊਗਾ। ਹਾਂਜੀ ਹਾਂ, ਜਿਵੇਂ ਘਾਟ ਲੱਗ ਕੇ ਜਾਂ ਉੱਥੇ ਫੈਸਿਲਿਟੀਆਂ ਦੇਣ ਸਾਨੂੰ, ਮੱਕੀ ਦੀ ਫਸਲ ਛੋਲਿਆਂ ਦੇ ਵੀ ਵੱਧ ਅਸੀਂ ਪਗਾਵਾਂਗੇ, ਪਰ ਫੈਸਿਲਿਟੀਆਂ ਨਾਲ ਦੇਣ, ਉਹਨਾਂ ਦੇ ਆਵਾਰਾ ਜਾਨਵਰਾਂ ਨੂੰ ਆਪਣਾ ਸਾਂਭਣਾ, ਸੂਰ ਸਾਰ ਨਹੀਂ ਛੱਡਦੇ ਪੱਕਾ ਮੱਕੀ ਦੀ ਫਸਲ, ਜਿੰਨੇ ਵੀ ਜਾਣੇ ਕਿ ਉਹ ਦੁੱਖ ਤਕਲੀਫਾਂ ਸਾਡੀ ਨਾਲ ਕੰਟਰੋਲ ਕਰਨ ਅਸੀਂ ਠੀਕ ਹਾਂ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਗੱਲ ਨਾਲ ਅਸੀਂ ਸਹਿਮਤ ਹਾਂ ਪਰ ਪਰਾਲੀ ਸਾੜਨ ਨਾਲ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਨੁਕਸਾਨ ਹੁੰਦਾ ਹੈ, ਪਰ ਜੋ ਮਸ਼ੀਨਰੀ ਸਾਂਭਣ ਲਈ ਬਣਾਈ ਗਈ ਹੈ ਉਹ ਕਿਸਾਨਾਂ ਦੀ ਪਹੁੰਚ ਤੋਂ ਕੋਹੋਂ ਦੂਰ ਹੈ। ਮਸ਼ੀਨਾਂ ਮਹਿੰਗੀਆਂ ਹਨ, ਨਾ ਡੀਜ਼ਲ ਸਸਤਾ ਹੈ ਤੇ ਨਾ ਹੀ ਸਰਕਾਰ ਕੋਈ ਸਬਸਿਡੀ ਦਿੰਦੀ ਹੈ। ਅਪੀਲ ਨੂੰ ਕਿਵੇਂ ਦੇਖਦੇ ਹੋ? ਇਹਦੇ ਨਾਲ ਤਾਂ ਸਹਿਮਤ ਹੈ ਜੀ, ਪ੍ਰਦੂਸ਼ਣ ਜ਼ਰੂਰ ਹੁੰਦਾ ਤੇ ਬੱਚਿਆਂ ਤੇ ਅਸਰ ਪੈਂਦਾ, ਕਿਸਾਨ ਤੇ ਪਹਿਲਾਂ ਪੈਂਦਾ, ਜਿਹੜਾ ਕਿਸਾਨ ਆਪਣੇ ਖੇਤ 'ਚ ਲਾਊਗਾ ਉਹਦੇ ਪਹਿਲਾਂ ਅਸਰ ਪੈਣਾ, ਉਹਦੇ ਫੇਫੜਿਆਂ ਧੂੰਆਂ ਪਹਿਲਾਂ ਜਾਊਗਾ ਕਿ ਫੇਰ ਜਾਊਗਾ, ਪਰ ਹੋਰ ਹੱਲ ਵੀ ਸਰਕਾਰ ਕੋਈ ਦੇਵੇ। ਜਿਹੜੀ ਹੁਣ ਸਰਕਾਰ ਨੇ ਮਸ਼ੀਨਰੀ ਕਹਿੰਦੇ ਆ, ਅਸੀਂ ਇੱਕ ਦਿਨ ਖੇਤੀਬਾੜੀ ਵਿਭਾਗ ਕੋਲ ਉਹਨਾਂ ਕੋਲ ਵੀ ਗਏ, ਉਹ ਕਹਿੰਦੇ ਸਾਨੂੰ ਮਸ਼ੀਨਰੀ ਇਕੱਠੇ ਹੋ ਕੇ ਤੁਸੀਂ ਗਰੁੱਪ ਬਣਾ ਕੇ ਲੈ ਲਓ, ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਇਸੇ ਵਾਸਤੇ ਟਰੈਕਟਰ ਵੀ ਵੱਡਾ ਚਾਹੀਦਾ, ਵੱਡੀ ਮਸ਼ੀਨਰੀ, ਛੋਟਾ ਟਰੈਕਟਰ ਜਿਹੜਾ ਛੋਟਾ ਜ਼ਿਮੀਦਾਰ ਹੈ ਉਹ ਮਸ਼ੀਨ ਨਹੀਂ ਖਿੱਚ ਸਕਦਾ। ਸਾਂਝਾ ਕੰਮ ਤਾਂ ਚੱਲੇ ਨਹੀਂ ਸਕਦਾ ਜੀ, ਸਾਂਝੀ ਤਾਂ ਇੱਕ ਦਾਤੀ ਹੋਵੇ ਉਹ ਨਹੀਂ ਚੱਲਦੀ, ਮਸ਼ੀਨਰੀ ਤਾਂ ਬਹੁਤ ਵੱਡੀ ਗੱਲ ਹੈ ਜੀ। ਖੇਤੀਬਾੜੀ ਵਿਭਾਗ ਦੇ ਅਫਸਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਬੋਲੇ ਕਿ ਸਰਕਾਰਾਂ ਨੂੰ ਸਬਜ਼ੀਆਂ ਤੇ MSP ਤੈਅ ਕਰਨੀ ਚਾਹੀਦੀ ਹੈ ਪਰ ਕਿਸਾਨ ਵੀ ਸਹਿਯੋਗ ਦੇਣ। ਪਾਣੀ ਦੀ ਸਾਂਭ ਸੰਭਾਲ ਨੂੰ ਲੈ ਕੇ ਕਿਹਾ ਸੀਗਾ ਕਿਸਾਨ, ਕਹਿੰਦੇ ਵੀ ਸਾਨੂੰ ਕਿਹਾ ਜਾ ਵੀ ਝੋਨਾ ਛੱਡ ਕੇ ਹੋਰ ਬਦਲਵੀਂ ਖੇਤੀ ਕੀਤੀ ਜਾਵੇ, ਪਰੰਤੂ ਸਬਸਿਡੀ ਜਿਹੜੀ ਹੈਗੀ ਆ ਜਾਂ ਸਰਕਾਰ ਬਾਹ ਨਹੀਂ ਫੜਦੀ ਕਿਉਂਕਿ ਸਬਜ਼ੀਆਂ ਦਾ ਮੁੱਲ ਨਹੀਂ ਮਿਲਦਾ ਪੂਰਾ, ਕੋਈ MSP ਤੈਅ ਹੋਣੀ ਚਾਹੀਦੀ ਤਾਂ ਕਿ ਅਸੀਂ ਸਾਡਾ ਫਾਇਦਾ ਹੋ ਸਕੇ, ਨੁਕਸਾਨ ਹੋ ਰਿਹਾ ਕਿਸਾਨਾਂ ਦਾ। ਵਿਭਾਗ ਵੱਲੋਂ ਵੀ ਕਈ ਵਾਰ ਲਿਖਿਆ ਜਾ ਚੁੱਕਿਆ ਹੈਗਾ ਕਿ MSP ਬਾਕੀ ਫਸਲਾਂ 'ਤੇ ਵੀ ਕੁਛ ਤਾਂ ਤੈਅ ਹੈ, ਕੁਛ ਤਾਂ ਤੈਅ ਕੀਤੀ ਜਾਣੀ ਜੀ ਬਣਦੀ ਹੈਗੀ ਆ, ਕਿਉਂਕਿ ਪਾਣੀ ਲਗਾ ਦਾ ਪੱਧਰ ਜਿਹੜਾ ਲਗਾਤਾਰ ਡਿੱਗਦਾ ਜਾ ਰਿਹਾ ਹੈਗਾ। ਰੋਪੜ ਜ਼ਿਲ੍ਹੇ ਦਾ ਹਾਲ ਇਹ ਹੈਗਾ ਕਿ ਜੇ 5 ਬਲਾਕਾਂ ਦੇ ਵਿੱਚੋਂ 3 ਬਲਾਕ ਦਾ ਜਿਹੜਾ ਪੱਧਰ ਹੈਗਾ ਉਹ ਹਰ ਸਾਲ ਤਕਰੀਬਨ ਅੱਧਾ ਫੁੱਟ ਥੱਲੇ ਚਲੇ ਜਾਂਦਾ ਹੈਗਾ, ਅਤੇ ਜੇ ਇਸੇ ਤਰ੍ਹਾਂ ਪੱਧਰ ਲਗਾਤਾਰ ਹੇਠਾਂ ਜਾਂਦਾ ਰਿਹਾ ਤਾਂ ਮਤਲਬ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਪੰਜਾਬ ਰੇਗਿਸਤਾਨ ਬਣ ਜਾਏਗਾ। ਇਸ ਕਰਕੇ ਸਾਨੂੰ ਬੜਾ ਸੋਚ ਸਮਝ ਦੇ ਨਾਲ ਖੇਤੀ ਕਰਨੀ ਚਾਹੀਦੀ ਆ, ਸਾਨੂੰ ਬੇਲੋੜੀਆਂ ਸਪਰੇਹਾਂ ਤੋਂ ਜਾਂ ਵਧੀਆ ਬੀਜ ਬੀਜਣੇ ਚਾਹੀਦੇ ਹੈਗੇ ਨੇ। ਇਸ ਵਾਰ ਕਾਫੀ ਭਾਰਤ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਬੜੇ ਉਪਰਾਲੇ ਕੀਤੇ ਜਾ ਰਹੇ ਨੇ, ਬੜੀਆਂ ਸਬਸਿਡੀ ਮਸ਼ੀਨਰੀ ਦੇ ਉੱਤੇ ਦਿੱਤੀ ਜਾ ਰਹੀ ਆ, ਜਿਹੜਾ ਈ ਮਸ਼ੀਨਰੀ agri.pb.com 'ਤੇ ਤੁਸੀਂ ਅਪਲਾਈ ਕਰ ਸਕਦੇ ਹੋ ਹੈਗੇ, ਉਹਦੀ ਡੇਟ 2/11 ਤੱਕ ਵਧਾ ਦਿੱਤੀ ਗਈ ਹੈ, ਅਤੇ ਜਿੰਨੇ ਵੀ ਮੇਰੇ ਕਿਸਾਨ ਵੀਰ ਹੈਗੇ ਨੇ ਉਹ ਉਸ ਪੋਰਟਲ ਦੇ ਉੱਤੇ ਜਾ ਕੇ ਮਸ਼ੀਨਰੀ ਸੰਬੰਧੀ ਅਪਲਾਈ ਕਰ ਸਕਦੇ ਨੇ। ਉਹਨਾਂ ਦੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਸਬਸਿਡੀ ਹੈਗੀ ਆ ਕਿਸਾਨਾਂ ਦੇ ਖਾਤੇ ਸਿੱਧੀ ਪਾਈ ਜਾਂਦੀ। ਦੇਖੋ ਕਿਸਾਨ ਮੇਲੇ ਜਿਹੜੇ ਹੈ ਇਹ ਕਿਸਾਨਾਂ ਨੂੰ ਜਾਗਰਤੀ ਲਈ ਮੇਲੇ ਲਾਏ ਜਾਂਦੇ ਨੇ, ਪਰ ਇਹ ਮੇਲੇ ਠੀਕ ਆ ਅਸੀਂ ਜਾਗਰਤ ਹੋ ਜਾਂਦੇ ਹਾਂ, ਪਰ ਇਹਦਾ ਕੋਈ ਜਿਹੜੀਆਂ ਸਾਡੀਆਂ ਸਮੱਸਿਆਵਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਹੁਣ ਚੱਲ ਰਹੀਆਂ ਨੇ ਉਹਨਾਂ ਦਾ ਕੋਈ ਹੱਲ ਨਹੀਂ ਇੱਥੇ ਲੱਭ ਰਿਹਾ, ਕਿਉਂਕਿ ਇੱਕ ਇਹ ਵਾਰ ਵਾਰ ਇਹੀ ਕਹਿੰਦੇ ਨੇ ਕਿ ਜੀਰੀ ਔਰ ਕਣਕ ਦਾ ਜਿਹੜਾ ਹੈ ਫਸਲੀ ਚੱਕਰ ਨੂੰ ਛੱਡ ਕੇ ਡਾਈਵਰਸੀਫਿਕੇਸ਼ਨ ਬੰਨੀ ਆਓ, ਪਰ ਡਾਈਵਰਸੀਫਿਕੇਸ਼ਨ ਬੰਨੀ ਆ ਕੇ ਕਿਸਾਨ ਨੂੰ ਆਪਣੀ ਜਿਹੜੀ ਉਹਦੀ ਆਮਦਨ ਹੈ ਉਹਦਾ ਕੋਈ ਸਥਿਰ ਨਹੀਂ ਲੱਭ ਰਿਹਾ ਵੀ ਉਹਦੀ ਆਮਦਨ ਜਿਹੜੀ ਹੈਗੀ ਆ ਵੀ ਇੰਨੀ ਹੋਊਗੀ, ਅਤੇ ਇਸ ਕਰਕੇ ਉਹ ਇਸ ਚੱਕਰ ਤੋਂ ਬਾਹਰ ਆਉਣ ਕੇ ਰਾਜ਼ੀ ਨਹੀਂ ਹੈ, ਕਿਉਂਕਿ ਖੇਤੀਬਾੜੀ ਵਿਭਾਗ ਨਾ ਹੋਰ ਸਬਜ਼ੀਆਂ ਬੀਜ ਲਓ ਹੋਰ ਕਈ ਕੁਛ ਆ। ਦੇਖੋ ਸਬਜ਼ੀਆਂ ਦੇ ਜਾਂ ਤਾਂ MSP ਇਹ ਬੰਨਣ, ਜਦੋਂ ਸਬਜ਼ੀ ਬੀਜ ਲੈਂਦੇ ਆ ਤਾਂ ਸਬਜ਼ੀ ਗੋਭੀ 2 ਰੁਪਏ ਕਿਲੋ ਹੋ ਜਾਂਦੀ ਆ, ਆਲੂ 2 ਰੁਪਏ ਕਿਲੋ ਹੋ ਜਾਂਦਾ ਹੈ, ਕਦੇ ਆਲੂ ਅੱਜ 25 ਰੁਪਏ ਚੱਲ ਰਿਹਾ ਹੈ,
ਇਹ ਜਿਹੜੀਆਂ ਚੀਜ਼ਾਂ ਨੇ ਇਸ ਤਰ੍ਹਾਂ ਕਿਸਾਨ ਨੂੰ ਅਪਣਾਉਣ ਦੇ ਵਿੱਚ ਤਕਲੀਫ ਆ ਰਹੀ ਹੈ, ਕਿਉਂਕਿ ਉਹਦਾ ਜਿਹੜਾ ਇੱਕ ਉਹਦੇ ਆਪਣੇ ਖਰਚੇ ਜਿਹੜੇ ਹੈ ਪਰਿਵਾਰਕ ਖਰਚੇ, ਉਹਦੇ ਆਪਣੇ ਖਰਚੇ ਜਾਂ ਖੇਤੀ ਦੇ ਖਰਚੇ ਉਹ ਕੌਂਸਟੈਂਟ ਖੜੇ ਨੇ, ਤੇ ਪਰ ਆਮਦਨ ਦੀ ਕੋਈ ਗਰੰਟੀ ਨਹੀਂ ਹੈ। ਦੇਖੋ ਝੋਨੇ ਦੀ ਰਹਿਣ ਖੂਹ ਫੁੱਕਣ ਨੂੰ ਸਾਡਾ ਦਿਲ ਨਹੀਂ ਕਰਦਾ ਹੈ ਕਿਸਾਨਾਂ ਦਾ, ਪਰ ਮਜਬੂਰੀ ਇਹ ਹੋ ਜਾਂਦੀ ਹੈ ਕਿ ਬੜੇ ਬੜੇ ਟਰੈਕਟਰ ਬੜੀ ਬੜੀ ਮਸ਼ੀਨਰੀ ਹਰ ਕਿਸਾਨ ਖਰੀਦ ਨਹੀਂ ਸਕਦਾ, ਡੀਜ਼ਲ ਦੇ ਭਾਅ ਇੰਨੇ ਸਿਖਰਾਂ ਤੇ ਪਹੁੰਚ ਚੁੱਕੇ ਨੇ ਕਿ ਉਹਦਾ ਕਿਰਾਇਆ ਦੇਣਾ ਮੁਸ਼ਕਿਲ ਹੋ ਗਿਆ। ਤੇ ਪਰ ਅਸੀਂ ਇਹਨਾਂ ਨੂੰ ਵਾਰ ਵਾਰ ਕਿਸਾਨ ਯੂਨੀਅਨ ਵੱਲੋਂ ਇਹ ਬੇਨਤੀਆਂ ਕਰਦੇ ਆ ਰਹੇ ਹਾਂ, ਅਪੀਲ ਕਰਦੇ ਆ ਰਹੇ ਹਾਂ ਕਿ ਸਾਨੂੰ 200 ਰੁਪਏ ਪਰ ਕੁਇੰਟਲ ਜੇ ਫਾਰਮ ਦੇ ਹਿਸਾਬ ਦੇ ਨਾਲ ਆਪਣੀ ਪਰਾਲੀ ਨੂੰ ਸਾਂਭਣ ਦਾ ਖਰਚਾ ਦਿਓ। ਰੋਪੜ ਤੋਂ ਸੱਜਣ ਸੈਣੀ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।